30 ਜੂਨ ਦਿਨ ਐਤਵਾਰ ਨੂੰ ਚੰਡੀਗੜ੍ਹ ਵਿਕਾਸ ਨਗਰ ਮੌਲੀ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਤਾਂ ਜੋ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਅਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਮੰਦਰ ਤੋੜਨ ਦੇ ਜੋ ਹੁਕਮ ਦਿੱਤੇ ਗਏ ਹਨ ਉਸ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾ ਸਕੇ, ਜਿਸ ਨੂੰ ਲੈ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ ਵੱਲੋਂ ਸਮੂਹ ਸੰਗਤ ਅਤੇ ਵੱਖ ਵੱਖ ਜਥੇਬੰਦੀਆਂ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਤਾਂ ਜੋ ਮਨੁਵਾਦੀ ਸੋਚ ਵਾਲੀਆਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਖਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ, ਨਹੀਂ ਤਾਂ ਇਹ ਅੱਗ ਸਾਡੇ ਘਰਾਂ ਤੱਕ ਪਹੁੰਚਣ ਲੱਗੇ ਦੇਰ ਨਹੀਂ ਲਾਵੇਗੀ। ਗੁਰੂ ਘਰ ਸਾਹਿਬ ਸਿੰਘ ਜੀਓ ਅੱਜ ਦੱਸ ਰਹੇ ਤਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਗਤਾਂ ਦੇ ਸਨਮੁੱਖ ਇੱਕ ਬਹੁਤ ਹੀ ਦੁੱਖ ਦੀ ਸੂਚਨਾ ਲੈ ਕੇ ਹਾਜ਼ਰ ਹੋਏ ਹਾਂ। ਗੁਰੂ ਕੀ ਪਿਆਰਿਓ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਚੰਡੀਗੜ੍ਹ ਵਿਖੇ ਵਿਕਾਸ ਨਗਰ ਮੌਲੀ ਵਿਖੇ ਧੰਨ ਸ੍ਰੀ ਗੁਰੂ ਰਵਿਦਾਸ ਪਾਤਸ਼ਾਹ ਜੀ ਨਾਲ ਸੰਬੰਧਿਤ ਸਥਾਨ ਸਰਕਾਰ ਨੇ ਢਾਉਣ ਦਾ ਜਿਹੜਾ ਜਾਮਾਨਾ ਜਿਹੜਾ ਹੁਕਮ ਹੈ ਉਹ ਜਾਰੀ ਕੀਤਾ ਹੈ। ਗੁਰੂ ਕੇ ਪਿਆਰੇ ਕਦੇ ਪੜ੍ਹਦੇ ਹੁੰਦੇ ਸੀ ਇਤਿਹਾਸ ਵਿੱਚ ਕਿ ਬਾਬਰ ਆ ਗਿਆ, ਹਮਾਜੂ ਆ ਗਿਆ, ਖਿਲਜੀ ਆ ਗਿਆ, ਜਿਨ੍ਹਾਂ ਨੇ ਬੜੇ ਬੜੇ ਭਾਰਤ ਦੇ ਵਿੱਚ ਤੀਰਥ ਦੇ ਸਥਾਨ ਢਾ ਦਿੱਤੇ, ਜਿਨ੍ਹਾਂ ਨੇ ਕਦੇ ਮੰਦਰ ਢਾਏ, ਕਦੇ ਹਰਿਮੰਦਰ ਸਾਹਿਬ ਤੇ ਹਮਲਾ ਕਰ ਦਿੱਤਾ। ਸੋ ਇੱਦਾਂ ਦੇ ਇਤਿਹਾਸ ਦੁੱਖ ਭਰੇ ਪੜ੍ਹਦੇ ਹੁੰਦੇ ਸੀ, ਅੱਜ ਸਾਡੇ ਅੱਖਾਂ ਦੇ ਸਾਹਮਣੇ ਵਰਤ ਰਹੇ ਨੇ। ਤੁਗਲਕਾਬਾਦ ਢਾਇਆ ਗਿਆ, ਬੜੇ ਰੋਸ ਪ੍ਰਦਰਸ਼ਨ ਧਰਨੇ ਲਾਏ ਗਏ, ਪਰ ਅਸਰ ਉਹਦਾ ਕੁਝ ਨਾ ਪ੍ਰਾਪਤ ਹੋਇਆ। ਇਸ ਦੇ ਲੜੀ ਵਿੱਚ ਸਰਕਾਰ ਨੇ ਹੋਰ ਅੱਗੇ ਜ਼ੁਲਮ ਕਰਦਿਆਂ ਵਿਕਾਸ ਨਗਰ ਮੌਲੀ ਵਿਖੇ ਚੰਡੀਗੜ੍ਹ ਵਿੱਚ ਸਥਿਤ ਹੈ ਜੋ ਉੱਥੇ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਨਾਲ ਸੰਬੰਧ ਜਿਹੜਾ ਸਥਾਨ ਹੈ ਉਹ ਢਾਉਣ ਦਾ ਜਾਲ ਮਾਰਨਾ ਜਿਹੜਾ ਹੁਕਮ ਹੈ ਉਹ ਸੁਣਾਇਆ ਹੈ। ਗੁਰੂ ਕੇ ਪਿਆਰਿਓ, 30 ਜੂਨ ਨੂੰ 10 ਵਜੇ ਸਾਰੇ ਹਮਲਾ ਮਾਰੋ, ਪਿੰਡਾਂ ਦੇ ਪਿੰਡ, ਨਗਰਾਂ ਦੇ ਨਗਰ, ਸ਼ਹਿਰਾਂ ਦੇ ਸ਼ਹਿਰ, ਚੰਡੀਗੜ੍ਹ ਵਿਕਾਸ ਨਗਰ ਮੌਲੀ ਵਿਖੇ ਪਹੁੰਚੋ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੰਦਰ ਵਿਸ਼ਵਾਸ ਕਰਦੇ ਨੇ, ਭਾਵ ਸਿੱਖ ਨੇ, ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੇ, ਆਓ ਹਮਲਾ ਮਾਰੀਏ। ਗੁਰੂ ਕੇ ਪਿਆਰਿਓ, ਇਹ ਜਿਹੜੀ ਅੱਗ ਹੈ ਇਹ ਦੇਖੋ ਦਿੱਲੀ ਤੋਂ ਲੱਗਦੀ ਲੱਗਦੀ ਹੁਣ ਚੰਡੀਗੜ੍ਹ ਆ ਪਹੁੰਚੀ, ਇਹ ਤੁਹਾਡੇ ਘਰਾਂ ਤੱਕ ਪਹੁੰਚਣ ਨੂੰ ਇਹਨੂੰ ਦੇਰ ਨਹੀਂ ਲੱਗਣੀ। ਸੋ ਗੁਰੂ ਕੇ ਪਿਆਰਿਓ, ਇਹਨਾਂ ਹੀ ਸਰਕਾਰਾਂ ਨੇ ਮੰਗੂ ਮਾ ਢਾਇਆ ਜੋ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਸੰਬੰਧਿਤ ਸੀ, ਗਿਆਨ ਗੋਦਰੀ ਢਾ ਛੱਡਿਆ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਸੰਬੰਧਿਤ ਸੀ, ਡਾਂਗ ਮਾ ਢਾ ਦਿੱਤਾ ਜੋ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨਾਲ ਸੰਬੰਧਿਤ ਸੀ। ਅਨੇਕਾਂ ਸਥਾਨ ਢਾ ਦਿੱਤੇ ਗਏ, ਹੁਣ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਦਾ ਸਥਾਨ ਢਾਣ ਦੀ ਤਿਆਰੀ ਕਰ ਰਹੀ ਹੈ। ਮੇਰਾ ਤਾਂ ਇੱਦਾਂ ਖਿਆਲ ਹੈ ਕਿ ਸਾਨੂੰ ਇਹ ਸਰਕਾਰ ਟੈਸਟ ਦੋ ਸਾਡੇ ਲਾ ਕੇ ਵੇਖਦੀ ਹੈ ਵੀ ਇਹ ਲੋਕ ਸੁੱਤੇ ਪਏ ਜਾਂ ਜਾਗਦੇ ਆ। ਆਓ ਜਾਗਦੀ ਜ਼ਮੀਰ ਹੋਣ ਦਾ, ਜਾਗਦੇ ਹੋਣ ਦਾ ਸਬੂਤ ਦੇਈਏ। 30 ਜੂਨ 10 ਵਜੇ ਵਿਕਾਸ ਨਗਰ ਚੰਡੀਗੜ੍ਹ ਮੌਲੀ ਵਿਖੇ ਪਹੁੰਚ ਕੇ ਇਸ ਗੱਲ ਦਾ ਸਰਕਾਰ ਨੂੰ ਜਤਾਈਏ ਕਿ ਇਹ ਸਥਾਨ ਸਾਡਾ ਹੈ, ਅਸੀਂ ਢਾਣਾ ਤਾਂ ਦੂਰ ਇਹਨੂੰ ਝੇੜ ਤੱਕ ਨਹੀਂ ਮਾਰਨ ਦੇਵਾਂਗੇ। ਜਿਹੜਾ ਇਹ ਧਰਨਾ ਪ੍ਰਦਰਸ਼ਨ ਹੋਊਗਾ ਇਹ ਸ਼ਾਂਤਮਈ ਹੋਊਗਾ, ਇਹਦੇ ਵਿੱਚ ਕਾਨੂੰਨ ਜਿਹੜਾ ਹੈ, ਕਿਉਂਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕ ਹਾਂ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਕਾਨੂੰਨ ਹੈ, ਅਸੀਂ ਸਤਿਕਾਰ ਕਰਦੇ ਹਾਂ। ਸੋ ਅਸੀਂ ਸੰਘਰਸ਼ ਕਰਨਾ, ਧਰਨਾ ਕਰਨਾ, ਪ੍ਰਦਰਸ਼ਨ ਕਰਨਾ ਸਾਡਾ ਮੁੱਢਲਾ ਹੱਕ ਹੈ, ਸਾਡਾ ਰਾਈਟ ਹੈ, ਸਾਡਾ ਫੰਡਾਮੈਂਟਲ ਰਾਈਟ ਹੈ। ਆਓ ਕਾਨੂੰਨ ਵਿੱਚ ਰਹਿ ਕੇ ਜੋਸ਼ ਨੂੰ ਹੋਸ਼ ਨਾਲ ਰੱਖ ਕੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਤਾ ਦੇਈਏ ਕਿ ਇਸ ਜੋ ਸਾਡਾ ਸਥਾਨ ਹੈ ਅਸੀਂ ਇਹਨੂੰ ਹੱਥ ਨਹੀਂ ਲਾਉਣ ਦੇਵਾਂਗੇ। ਸ੍ਰੀ ਖੁਰਾਲਗੜ੍ਹ ਸਾਹਿਬ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ, ਇੱਕ ਟੈਂਪੂ ਲੰਗਰ ਦਾ ਇੱਥੋਂ ਬਣਿਆ ਹੋਇਆ ਚੰਡੀਗੜ੍ਹ ਵਿਖੇ ਪਹੁੰਚੇਗਾ। ਸੋ ਤੁਸੀਂ ਵੀ ਸੰਗਤ ਜੀ ਕਿਰਪਾ ਕਰੋ, ਸਾਰੇ ਆਓ, ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਦਦ, ਚੰਡੀਗੜ੍ਹ ਵਿਕਾਸ ਨਗਰ ਮੌਲੀ ਵਿਖੇ 30 ਜੂਨ 10 ਵਜੇ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।